ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮੈਂ ਮਹਿਮਾਨਾਂ ਨਾਲ ਦੋਨਾਂ ਦਾ ਸਹਿਮਤ ਹਾਂ ਕਿ ਆਸਾ ਦੀ ਵਾਰ ਸਾਡੀ ਨਿਤਨੇਮ ਦੀ ਬਹੁਤ ਵੱਡੀ ਰਚਨਾ ਹੈਗੀ ਹੈ, ਪਰ ਜਿੰਨੇ ਵੀ ਅੱਜ ਤੱਕ ਗੁਰਦੁਆਰਿਆਂ ਵਿੱਚ ਦਰਬਾਰ ਸਾਹਿਬ ਵਿੱਚ ਹੁੰਦੀ ਹੈ ਇਹ ਰਚਨਾ ਨੂੰ ਪੂਰੀ ਤਰ੍ਹਾਂ ਠੀਕ ਤਰੀਕੇ ਨਾਲ ਨਹੀਂ ਸਰਵਣ ਕੀਤਾ ਜਾਂਦਾ। ਛੰਤਾਂ ਨੂੰ ਜੋੜ ਕੇ ਵੰਡ ਕਰਕੇ ਕਦੀ ਇਸ ਬਹਾਨੇ ਜੀ ਅਸੀਂ 3 ਘੰਟੇ ਦੀ ਕਰਨੀ ਹੈ, ਅਸੀਂ 2 ਘੰਟੇ ਦੀ ਕਰਨੀ ਹੈ, ਤੇ ਜਦੋਂ ਅਸੀਂ ਇੱਕ ਸੀਕੁਐਂਸ ਵਿੱਚ ਵੀ ਨਹੀਂ ਪੜਦੇ, ਉਹਦਾ ਰਹਾਉ ਨੂੰ ਵੀ ਟੇਕ ਨਹੀਂ ਬਣਾਉਂਦੇ, ਤੇ ਕੀ ਇਹ ਇੱਕ ਬੜੀ ਵੱਡੀ ਸਾਜਿਸ਼ ਨਹੀਂ ਹੈ ਕਿ ਆਸਾ ਦੀ ਵਾਰ ਨੂੰ ਤੋੜ ਕੇ ਭਾਵੇਂ ਉਹ ਅੰਮ੍ਰਿਤ ਕੀਰਤਨ ਦੇ ਵਿੱਚ ਤੇ ਭਾਵੇਂ ਕਿਧਰੇ ਵੀ ਸੁਣਾਈ ਜਾਂਦੀ ਹੈ ਤੇ ਉਹਨੂੰ ਹੌਲੀ ਹੌਲੀ ਡਿਲਿਊਟ ਕਰ ਦਿੱਤਾ ਜਾਏ? ਕਾਫੀ ਪੁਰਾਤਨ ਸਮੇ ਤੋਂ ਹੁਣ ਇਹਦੇ ਬਾਰੇ ਕੋਈ ਪ੍ਰੋਪਰ ਨਹੀਂ ਜਾਣਕਾਰੀ ਕਿਸੇ ਕੋਲ ਕਿ ਸੰਤ ਜਿਹੜੇ ਨੇ ਇਹਦੇ ਨਾਲ ਜਿਹੜੇ ਗਹਿਣ ਕੀਤੇ ਜਾਂਦੇ ਨੇ ਉਹ ਕਦੋਂ ਤੋਂ ਨਾਲ ਇਹਦੇ ਐਡ ਹੋਏ ਨੇ। ਚਲੋ ਇਸ ਤੋਂ ਇਲਾਵਾ ਜਿਹਦੇ ਵਿੱਚ ਸ਼ਬਦ ਪੜੇ ਜਾਂਦੇ ਨੇ ਮੇਰੇ ਖਿਆਲ ਮੁਤਾਬਕ ਇਸੇ ਹੀ ਤਰ੍ਹਾਂ ਬਣ ਜਾਂਦੀ ਹੈ ਜਿਸ ਤਰੀਕੇ ਨਾਲ ਚਾਹੇ ਸੁਖਮਨੀ ਸਾਹਿਬ ਦੀ ਬਾਣੀ ਹੈ ਚਾਹੇ ਗੁਰੂ ਗ੍ਰੰਥ ਸਾਹਿਬ ਦੇ ਵਾਰ ਚੱਲ ਰਿਹਾ ਤੇ ਸੰਪਟ ਵਿੱਚ ਐਡ ਕਰਨਾ। ਮੂਲ ਰੂਪ ਨੂੰ ਵਿਗਾੜਨ ਦਾ ਨਹੀਂ ਕਿਸੇ ਨੂੰ ਵੀ ਕੋਈ ਅਧਿਕਾਰ। ਪਿੱਛੇ ਦੇ ਨਾ ਕਾਫੀ ਗੁਟਕਾ ਪੁਰਾਣਾ ਸੀ, ਮਾਲਵੇ ਦੇ ਵਿੱਚ ਹਮੀਦੀ ਪਿੰਡ ਹੈ ਜੀ ਬਰਨਾਲੇ ਲਾਗੇ, ਉਹ ਲੈ ਕੇ ਆਏ। ਉਹਦੇ ਵਿੱਚ ਨਾ ਸ਼ਬਦ ਲਿਖਿਆ ਹੋਇਆ ਸੀ ਉੱਪਰ ਕਿਤੇ ਆਸਾ ਦੀ ਵਾਰ। ਹੁਣ ਆਸਾ ਕੀ ਵਾਰ ਹੈ? ਉਹ ਸਿੰਘ ਕਹਿੰਦਾ ਵੇਖੋ ਜੀ ਪੁਰਾਤਨ ਗੁਟਕੇ ਵਿੱਚ ਆਸਾ ਦੀ ਵਾਰ ਹੈ ਤੇ ਇਹਨਾਂ ਨੇ ਅੱਜ ਕੱਲ੍ਹ ਪ੍ਰਿੰਟ ਜਿਹੜਾ ਨਾ ਉਹ ਆਸਾ ਕੀ ਵਾਰ ਸ਼ਬਦ ਵਰਤਿਆ, ਤੇ ਇਹਦਾ ਮਤਲਬ ਵੀ ਅੱਜ ਚ ਮਿਲ ਗੋਭਾ ਹੁੰਦਾ ਜਾ ਰਿਹਾ। ਵੈਸੇ ਹੈ ਤੇ ਆਸਾ ਕੀ ਵਾਰ ਆ, ਪਰ ਮੈਂ ਉਹਦੇ ਚ ਇੱਕ ਚੀਜ਼ ਹੋਰ ਮਹਿਸੂਸ ਕੀਤੀ ਵੀ ਅੱਜ ਜਿਸ ਤਰ੍ਹਾਂ ਸੁੰਦਰ ਗੁਟਕੇ ਛਪ ਰਹੇ ਨੇ ਜਾਂ ਆਸਾ ਕੀ ਵਾਰ ਦੇ ਹੋਰ ਜਿਹੜੇ ਗੁਟਕੇ ਛਾਪ ਰਹੇ ਨੇ ਉਹਨਾਂ ਦੇ ਵਿੱਚ ਜਿਹੜੇ ਸ਼ਬਦ ਐਡ ਕਰਕੇ ਛਾਪ ਰਹੇ ਨੇ ਨਾ, ਅੱਜ ਤੋਂ 50 ਸਾਲ ਬਾਅਦ ਜਾਂ 100 ਸਾਲ ਬਾਅਦ ਇਹੀ ਪੁਰਾਤਨ ਗੁਟਕੇ ਬਣ ਜਾਣੇ ਆ ਗੁਰਬਾਣੀ ਦੇ। ਕਿਹਾ ਜਾਣਾ ਜੀ ਵੇਖੋ ਜੀ ਆਸਾ ਕੀ ਵਾਰ ਵਿੱਚ ਆਹ ਸ਼ਬਦ ਹੁੰਦੇ ਸੀ, ਅੱਜ ਇਹਨਾਂ ਨੇ ਕੱਢ ਦਿੱਤੇ ਨੇ। ਇਸ ਕਰਕੇ ਮੂਲ ਰੂਪ ਨੂੰ ਵਿਗਾੜਨ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ, ਜਿਹੜਾ ਅਸਲੀ ਮੂਲ ਰੂਪ ਹੈ ਨਾ ਉਹੀ ਰਹਿਣ ਦਿੱਤਾ ਜਾਣਾ ਚਾਹੀਦਾ। ਲਾਈਨ ਨੰਬਰ 2 ਸਤਿ ਸ੍ਰੀ ਅਕਾਲ ਜੀ, ਤੁਸੀਂ ਸਦਾ ਬਲਦਾਸ ਸਿੰਘ ਜੀ, ਤੁਸੀਂ ਏਅਰ ਤੇ ਸਤਿ ਸ੍ਰੀ ਅਕਾਲ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਮੇਰਾ ਇੱਕ ਛੋਟਾ ਜਿਹਾ ਕੁਐਸਚਨ ਹੈ ਕਿ ਮੈਂ ਕੁਛ ਇੱਥੇ ਲੋਕੀ ਦੇਖੇ ਕਿ ਉਹਨਾਂ ਦੇ ਨਾ ਜਿੱਦਾਂ ਉਹ ਆਪਣਾ ਉਹਨਾਂ ਦੀ ਜਥੇਬੰਦੀ ਆ ਤਾਂ ਉਹਦੇ ਵਿੱਚ ਉਹ ਕੀ ਕਰਦੇ ਆ ਕਿ ਵਾਹਿਗੁਰੂ ਦਾ ਜਾਪ ਕਰਦੇ ਆ ਤਾਂ ਬਾਅਦ ਚੋਂ ਇਮੀਡੀਏਟਲੀ ਉਹ ਬੜਾ ਰੋਂਦੇ ਆ, ਉੱਚੀ ਉੱਚੀ ਰੋਂਦੇ ਆ। ਕੀ ਇਹ ਆਪਣੇ ਮਤਲਬ ਗੁਰਮਤਿ ਅਨੁਸਾਰ ਜਾਂ ਆਪਣੇ ਰਹਿਣ ਅਨੁਸਾਰ ਸਿੱਖ ਧਾਰਨਾਵਾਂ ਅਨੁਸਾਰ ਇਹ ਠੀਕ ਗੱਲ ਆ? ਬੜੀ ਉੱਚੀ ਉੱਚੀ ਰੋਂਦੇ ਆ ਤਾਂ ਅੱਥਰੂ ਵਗਦੇ ਆ ਤਾਂ ਉਹ ਕਈ ਤਾਂ ਫਰੀਜ਼ ਹੋ ਜਾਂਦੇ ਆ, ਕੀ ਇਹ ਗੱਲ ਹੈ ਆ, ਗਲਤ ਆ ਜਾਂ ਠੀਕ ਆ? ਭਾਈ ਹਰਜਿੰਦਰ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੋਗੇ? ਮਨ ਵੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ, ਕੀ ਕਹਿਣਾ ਚਾਹੋਗੇ? ਹਾਂਜੀ ਇਹਦੇ ਵਿੱਚ ਵੀਰ ਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਤਰ੍ਹਾਂ ਦਾ ਬੜਾ ਕੁਝ ਜਿਹੜਾ ਵਾ ਅੱਜ ਸਿੱਖ ਸਮਾਜ ਦੇ ਸਾਨੂੰ ਵੇਖਣ ਵਾਸਤੇ ਮਿਲਦਾ। ਇੱਕ ਗੱਲ ਨੂੰ ਸਾਨੂੰ ਪਹਿਲਾਂ ਮੈਂ ਤਾਂ ਸਾਂਝੀ ਕਰ ਲਵਾਂ ਵੀ ਕਿਸੇ ਦੀ ਨਿੱਜੀ ਫੀਲਿੰਗ ਕੋਈ ਵੀ ਹੋ ਸਕਦੀ ਆ, ਕਿਸੇ ਨੂੰ ਕਿਸੇ ਦੀਆਂ ਅੱਖਾਂ 'ਚ ਅੱਥਰੂ ਆ ਸਕਦੇ ਨੇ, ਕਿਸੇ ਨੂੰ ਬਾਣੀ ਪੜ੍ਹ ਕੇ ਕੋਈ ਬੰਦਾ ਸਿਰ ਮਾਰ ਸਕ, ਇਹ ਉਹਦੀ ਨਿੱਜੀ ਫੀਲਿੰਗ ਆ ਕਿ ਉਹ ਕਿਵੇਂ ਮਹਿਸੂਸ ਕਰਦਾ ਅਤੇ ਕੀ ਰਿਐਕਟ ਕਰਦਾ। ਪਰ ਜਿੱਥੋਂ ਤੱਕ ਆ ਵੀ ਓਵਰਆਲ ਇੱਕ ਗਰੁੱਪ ਬਣਾ ਕੇ ਇਸ ਤਰ੍ਹਾਂ ਕਰਨਾ, ਇਹ ਤਾਂ ਮੇਰੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਵੀ ਸਾਰਿਆਂ ਦੀ ਫੀਲਿੰਗ ਇੱਕੋ ਜਿਹੀ ਹੋ ਸਕਦੀ ਆ। ਤਾਂ ਇਹ ਇੱਕ ਤਰ੍ਹਾਂ ਦਾ ਸ਼ਬਦ ਜਿਵੇਂ ਬਾਣੀ 'ਚੋਂ ਚੁਣ ਲਏ ਜਾਂਦੇ ਨੇ ਕਿ ਹੁਣ ਤੁਸੀਂ ਕੂਕਿਆਂ ਦਾ ਇਤਿਹਾਸ ਪੜ੍ਹ ਕੇ ਵੇਖੋ, ਇਹ ਬਾਬਾ ਰਾਮ ਸਿੰਘ ਜਦੋਂ ਕੀਰਤਨ ਕਰਦਾ ਕਈ ਵਾਰ ਉੱਚੀ ਉੱਚੀ ਕੂਕ ਉਹਦੀ ਨਿਕਲ ਜਾਂਦੀ ਸੀ ਤੇ ਉਹ ਮੇਰੇ ਵਰਗੇ ਮਗਰ ਬੈਠੇ ਉਹਨਾਂ ਸੋਚਿਆ ਵੀ ਬਾਬਾ ਜੀ ਕੂਕਾਂ ਮਾਰ ਰਿਹਾ, ਇਹ ਵੀ ਕੋਈ ਗੱਲ ਹੋਣੀ ਆ, ਉਹ ਵੀ ਕੂਕਾਂ ਮਾਰਨ ਲੱਗ ਪਏ ਤੇ ਉਹ ਕੂਕਾਂ ਮਾਰਨ ਤੋਂ ਹੀ ਨਾਮ ਕੂਕੇ ਪੈ ਗਿਆ। ਇਸੇ ਤਰ੍ਹਾਂ ਜਿਹੜਾ ਵਾ ਉਹ ਇੱਕ ਬੰਦੇ ਦੀ ਫੀਲਿੰਗ ਹੋ ਸਕਦੀ ਹੈ ਵੀ ਉਹਦੀਆਂ ਅੱਖਾਂ 'ਚ ਪਾਣੀ ਆ ਜਾਵੇ, ਉਹਨੂੰ ਰੋਣ ਆ ਜਾਵੇ, ਉਹ ਉਹਦੀ ਆਪਣੀ ਫੀਲਿੰਗ ਆ ਵੀ ਉਹ ਕਿਵੇਂ ਰਿਐਕਸ਼ਨ ਉਹਦੇ ਉੱਤੇ ਹੁੰਦਾ ਜਾਂ ਕਿਵੇਂ ਰਿਐਕਟ ਕਰਦਾ ਉਹ। ਪਰ ਜੇ ਆਪਾਂ ਕਹੀਏ ਵੀ ਸਾਰੇ ਦੇ ਸਾਰੇ ਹੀ ਇਵੇਂ ਹੋ ਗਏ ਤਾਂ ਇਹ ਗੱਲ ਮੰਨਣ ਯੋਗ ਨਹੀਂ। ਜਿਹੜਾ ਵੈਰਾਗ ਸ਼ਬਦ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਉਪਰਾਮ ਹੋਣ ਤੋਂ, ਉੱਪਰ ਉੱਠ ਜਾਣ ਤੋਂ, ਉਸ ਚੀਜ਼ ਦੀ ਪਕੜ 'ਚੋਂ ਨਿਕਲ ਜਾਣ ਤੋਂ,
ਤੇ ਬਾਕੀ ਜਿਹੜਾ ਜੇ ਤਾਂ ਸਮਝੀਏ ਵੀ ਰੋਣ ਨਾਲ ਖੋਰੇ ਰੱਬ ਖੁਸ਼ ਹੁੰਦਾ, ਉਹਦੇ ਲਈ ਗੁਰੂ ਅਰਜਨ ਸਾਹਿਬ ਨੇ ਸਪਸ਼ਟ ਕਹਿ ਦਿੱਤਾ, ਨਾ ਤੂੰ ਆਵੇਂ ਵਸ ਬਹੁਤ ਕਿਣਾਵਣੇ, ਰੋਣ ਧੋਣ ਤੇ ਤਰਲੇ ਲੈਣ ਨਾਲ ਤੇਰਾ ਤੇਰਾ ਦੀਦਾਰ, ਤੇਰੇ ਦਰਸ਼ਨ ਜਾਂ ਤੇਰੀ ਤੇਰਾ ਨਾਮ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸੋ ਫੀਲਿੰਗ ਹੋਰ ਚੀਜ਼ ਆ ਤੇ ਵਿਖਾਵਾ ਹੋਰ ਚੀਜ਼ ਆ। ਸਮਾਂ ਹੋ ਗਿਆ ਜੀ ਸਪੋਰਟਸ ਅਪਡੇਟ ਦਾ, ਤੇ ਉਸ ਸਾਡੇ ਸਤਿਕਾਰਯੋਗ ਵੀਰ ਜੀ ਨੇ ਪੁੱਛਿਆ ਸੀ ਵੀ ਗੁਰਦੁਆਰਿਆਂ ਦੇ ਵਿੱਚ ਜਾ ਕੇ ਸਿਮਰਨ ਦੇ ਨਾਮ ਦੇ ਉੱਤੇ ਭੱਬਾ ਮਾਰਨੀ ਆ, ਰੋਣਾ ਚੀਕਾਂ ਮਾਰਨੀ ਆ, ਕੀ ਇਹ ਗੁਰਮਤਿ ਦੇ ਅਨੁਕੂਲ ਹੈ ਕਿ ਠੀਕ ਹੈ, ਕੀ ਕਹਿਣਾ ਚਾਹੁੰਦੇ? ਗੁਰਦੁਆਰਾ ਸਾਹਿਬ ਦੇ ਅੰਦਰ ਜਾਂ ਸੰਗਤੀ ਰੂਪ 'ਚ ਜਿੱਥੇ ਇਕੱਠੇ ਬੈਠਦੇ ਆ ਨਾ, ਕਈ ਵਾਰ ਜਦੋਂ ਗੁਰੂ ਸ਼ਬਦ ਦੀ ਵਿਚਾਰ ਚੱਲ ਰਹੀ ਹੁੰਦੀ ਹੈ ਨਾ, ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚੋਂ ਜੋ ਗੁਰੂ ਸਾਹਿਬ ਕਹਿ ਰਹੇ ਹੁੰਦੇ ਨੇ ਉਹਦੇ ਨਾਲ ਸੰਬੰਧਿਤ ਕੁਛ ਘਟਨਾਵਾਂ ਸਾਡੇ ਜੀਵਨ ਦੇ ਵਿੱਚ ਹੁੰਦੀਆਂ ਨੇ। ਹੋ ਸਕਦਾ ਕੋਈ ਐਸੀ ਬੁਰਿਆਈ ਦਾ ਖੁਲਾਸਾ ਹੋ ਰਿਹਾ ਹੋਵੇ ਜਿਹੜੀ ਸਾਡੇ ਜੀਵਨ 'ਚ ਹੋਵੇ, ਉਦੋਂ ਫਿਰ ਨਾ ਸਾਡੇ ਅੰਦਰ ਚੋਟ ਵੱਜਦੀ ਹੈ ਕਿ ਇੱਥੋਂ ਮੈਂ ਰੋ ਗਿਆ, ਅੱਜ ਤੱਕ ਮੈਂ ਆਹ ਗਲਤ ਕੀਤਾ, ਅਹਿਸਾਸ ਉੱਠਦਾ ਹੈ। ਉਸ ਅਹਿਸਾਸ ਦੇ ਨਾਲ ਸੁਭਾਵਿਕ ਹੈ ਕਿ ਇਨਸਾਨ ਜਿਹੜਾ ਨਾ ਉਹਦੇ ਅੱਖਾਂ 'ਚ ਪਾਣੀ ਆ ਜਾਂਦਾ, ਉਹ ਉਹਦੇ ਆਉਂਦਾ ਜਿੰਨੇ ਦਿਨ ਉਹ ਫੀਲਿੰਗ ਉੱਠੀ, ਅਹਿਸਾਸ ਉੱਠਿਆ, ਅੰਦਰੋਂ ਉੱਠਿਆ। ਦੂਜੀ ਚੀਜ਼ ਹੈ ਕਿ ਸੰਗਤ ਦੇ ਵਿੱਚ ਗੁਰੂ ਸ਼ਬਦ ਦੀ ਵਿਚਾਰ, ਕਿਉਂਕਿ ਸੰਗਤ ਦਾ ਅਰਥ ਕੀ ਹੈ ਕਿ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਿਖਾਣੀ ਹੈ, ਇੱਕੋ ਨਾਮ ਹੁਕਮ ਹੈ, ਸਤਿਗੁਰ ਦੀਆ ਬੁਝਾਏ ਜੀਓ। ਨਾਮ ਦਾ ਅਰਥ ਕੀ ਹੈ? ਰੱਬੀ ਹੁਕਮ। ਕਿਹੜਾ ਰੱਬੀ ਹੁਕਮ? ਜਿਹੜਾ ਸਤਿਗੁਰੂ ਨੇ ਸਮਝਾਇਆ ਹੈ, ਤੇ ਸਤਿਗੁਰੂ ਨੇ ਕੀ ਸਮਝਾਇਆ? ਜੈਸੀ ਮੈਂ ਆਵੈ ਖਸਮ ਕੀ ਬਾਣੀ। ਇਹਦਾ ਅਰਥ ਹੈ ਵੀ ਸਤ ਸੰਗਤ ਉਹ ਹੈ ਜਿੱਥੇ ਖਸਮ ਕੀ ਬਾਣੀ ਦੀ ਵਿਚਾਰ ਹੁੰਦੀ ਹੈ, ਨਾ ਕਿ ਜਿੱਥੇ ਆਪਾਂ ਇਹ ਕਹਿ ਲਈਏ ਕਿ ਉਤਾਵਲੇ ਹੋ ਜਾਣਾ। ਠੀਕ, ਬਹੁਤ ਬਹੁਤ ਧੰਨਵਾਦ ਜੀ। ਲਾਈਨ ਨੰਬਰ 3, ਸਤਿ ਸ਼੍ਰੀ ਅਕਾਲ ਜੀ, ਤੁਸੀਂ ਏਅਰ 'ਤੇ ਹੋ ਜੀ। ਲਾਈਨ ਨੰਬਰ 3, ਬਿੱਲੂ ਸਿੰਘ ਉੱਪਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਏਅਰ 'ਤੇ ਹੋ ਜੀ। ਲਾਈਨ 3 ਵੀਰ ਜੀ, ਤੁਸੀਂ ਏਅਰ 'ਤੇ ਹੋ, ਸਤਿ ਸ਼੍ਰੀ ਅਕਾਲ। ਲਾਈਨ ਨੰਬਰ 4 ਜੀ, ਸਤਿ ਸ਼੍ਰੀ ਅਕਾਲ। ਲਾਈਨ ਨੰਬਰ 4, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੈਂ ਨਾ ਇੱਕ ਪ੍ਰਸ਼ਨ ਕਰਨਾ ਚਾਹੂੰਗਾ ਤੇ ਇੱਕ ਆਪਣੇ ਵੱਲੋਂ ਇੱਕ ਸਪਸ਼ਟੀਕਰਨ ਜਿਹਾ ਦੇਣਾ ਚਾਹੂੰਗਾ ਜੀ। ਹੈਲੋ, ਹਾਂਜੀ ਬੋਲੋ ਜੀ। ਹਾਂਜੀ, ਅੱਗੇ ਜਿਹੜੇ ਭਾਈ ਮਣੀ ਸਿੰਘ ਜੀ ਸੀ, ਆਪਾਂ ਉਹ ਸਾਰੇ ਜਾਣਦੇ ਹਾਂ ਵੀ ਉਹ ਪ੍ਰਤੱਖ ਗੁਰਸਿੱਖ ਸੀ, ਬ੍ਰਹਮ ਗਿਆਨੀ ਸੀ, ਤੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਵੀ ਸਾਡੇ ਕੋਲ ਪੂਰੇ ਬੰਦੇ ਦੇ ਅੰਦਰ ਵੀ ਕੋਈ ਬ੍ਰਹਮ ਗਿਆਨੀ ਹੈਗਾ ਜਿਹਨੂੰ ਅਸੀਂ ਜਾਣ ਸਕੀਏ ਵੀ ਜਿਹੜਾ ਗੁਪਤ ਨਾ ਹੋਵੇ, ਪ੍ਰਗਟ ਹੋਵੇ ਲੋਕਾਂ ਦੇ ਸਾਹਮਣੇ? ਮਤਲਬ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਆਪਾਂ ਹੁਣ ਜਾਣਦੇ ਵੀ ਫਲਾਣਾ ਬੰਦਾ ਟੀਚਰ ਹੈ, ਬਹੁਤ ਵਧੀਆ ਟੀਚਰ ਹੈ ਜੀ, ਫਲਾਣਾ ਗਾਇਕ, ਆਪਾਂ ਸਾਨੂੰ ਇਹ ਪਤਾ ਵੀ ਫਲਾਣਾ ਲਤਾ ਮੰਗੇਸ਼ਕਰ ਟੋਪ ਦੀ ਗਾਇਕ ਹੈ ਜਾਂ ਫਲਾਣੇ ਨੂੰ ਨੋਬਲ ਪ੍ਰਾਈਜ਼ ਮਿਲਿਆ। ਐਵੇਂ ਸਾਡੇ ਵਿੱਚ ਇਸ ਵਕਤ ਕੋਈ ਬੰਦਾ ਉਹਨਾਂ ਦੇ ਮੁਕਾਬਲੇ ਦਾ ਪ੍ਰਤੱਖ ਰੂਪ 'ਚ ਹੈਗਾ ਹੈ? ਠੀਕ ਹੈ ਜੀ, ਧਰਮ ਸਿੰਘ ਨਿਹੰਗ ਸਿੰਘ ਵਾਲਾ ਜੀ, ਮੈਂ ਉਹਨੂੰ ਕਾਫੀ ਦੇਰ ਤੋਂ ਸੁਣਦਾ ਰਿਹਾ ਆ, ਤੇ ਮੈਂ ਕੋਈ ਆਪਾਂ ਨਾਲ ਫੇਵਰ ਨਾਲ ਗਿਆ ਸੀ ਗੱਲ ਕਰਨਾ ਚਾਹੁੰਗਾ, ਜਿਹੜੀ ਮੈਂ ਸੁਣਿਆ ਮੈਂ ਉਹਦੇ 'ਚ ਜਿਵੇਂ ਕੋਟ ਕਰਨਾ ਚਾਹੁੰਦਾ ਹੈ। ਉਹਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਾਰੇ ਗੱਲ ਸੀ, ਉਹਦੇ ਵਿੱਚ ਉਹਨੇ ਕਿਹਾ ਵੀ ਕਿ ਉੱਥੇ ਪਰਮੇਸ਼ਰ ਦਾ ਥਾਨ ਹੈ। ਉਹਨੇ ਕਿਹਾ ਵੀ ਤੁਸੀਂ ਇਹਨੂੰ ਮੂਰਤੀ ਪੂਜਾ ਦੇ ਰੂਪ ਦੇ ਵਿੱਚ ਨਾ ਕਰੋ, ਨਹੀਂ ਤੇ ਫਿਰ ਜਿਹੜੇ ਕ੍ਰਿਸ਼ਨ ਸੀ ਮੂਰਤੀਆਂ ਨੂੰ ਸਿੱਖ ਬੈਠ ਕੇ ਗੁਰਦੁਆਰਿਆਂ ਦੇ ਵਿੱਚ ਇਚਰਾ ਕਰ ਜਾਂਦੇ ਆ ਕਿ ਮੂਰਤੀ ਤਾਂ ਐਵੇਂ, ਮੂਰਤੀ ਤਾਂ ਐਵੇਂ, ਕਹਿੰਦੇ ਤੁਸੀਂ ਉਹਨੂੰ ਮੂਰਤੀ ਦਾ ਰੂਪ ਵਾਂਗੂ ਕਰ ਲੱਗ ਪਏ, ਉਹ ਰੁਮਾਲੇ ਦੇ ਦੇ ਕੇ ਉਹ ਰੂਪ ਨਾ ਕਰੋ, ਇਹ ਪਰਮੇਸ਼ਰ ਦਾ ਥਾਨ ਹੈ, ਉਹਦਾ ਹੁਕਮ ਹੈ। ਉਹ ਅਸਲ 'ਚ ਜਿਹੜੀ ਨਿਹੰਗ ਧਰਮ ਸਿੰਘ ਵਾਲੀ ਗੱਲ ਹੈ ਜੀ, 1.25 ਕਿਲੋ ਜਦੋਂ ਭੰਗ ਪੀਤੀ ਹੋਵੇ ਫਿਰ ਪਤਾ ਨਹੀਂ ਲੱਗਦਾ, ਕਈ ਵਾਰੀ ਥਾਨ ਕਹਿ ਦਿੰਦਾ, ਕਈ ਵਾਰੀ ਅਸਥਾਨ ਕਹਿ ਦਿੰਦਾ। ਸੋ ਉਸ ਗੱਲ ਨੂੰ ਛੱਡੋ, ਬ੍ਰਹਮ ਗਿਆਨੀ ਅੱਜ ਵੀ ਹੈ ਜੀ ਕੋਈ? ਬਿਲਕੁਲ ਜੀ, ਮੈਂ ਪਹਿਲੀ ਤਾਂ ਗੱਲ ਇਹ ਬੇਨਤੀ ਕਰਨਾ ਚਾਹੁੰਦਾ ਕਿ ਬ੍ਰਹਮ ਗਿਆਨੀ ਹੋਣਾ ਤੇ ਬ੍ਰਹਮ ਗਿਆਨੀ ਅਖਵਾਉਣਾ ਦੋਵਾਂ ਵਿੱਚ ਸਾਨੂੰ ਇੱਕ ਅੰਤਰ ਸਮਝ ਲੈਣਾ ਚਾਹੀਦਾ। ਦੂਜਾ, ਜਿਵੇਂ ਭਾਈ ਸਾਹਿਬ ਜੀ ਨੇ ਸਵਾਲ ਕੀਤਾ, ਇਹ ਇਹਨਾਂ ਦੀ ਵੇਦਨਾ ਮੈਂ ਸਮਝਦਾ ਕਿ ਇਸ ਰੋਲ ਕਚੋਲੇ ਚੋਂ ਇਹ ਵੀ ਸਮਝਣਾ ਚਾਹੁੰਦੇ ਨੇ ਵੀ ਕਿਹੜਾ ਵਾ ਫਿਰ ਆਈਡੀਅਲ, ਕਿਹੜਾ ਵਾ ਸਾਡਾ, ਪਤਾ ਕਿਵੇਂ ਲੱਗੇ ਬ੍ਰਹਮ ਗਿਆਨੀ ਕੌਣ? ਦੂਸਰੀ ਗੱਲ, ਮੈਂ ਵੀਰ ਜੀ ਇੱਕ ਤੁਹਾਨੂੰ ਬੇਨਤੀ ਕਰਦਾ ਵੀ ਬ੍ਰਹਮ ਗਿਆਨੀ ਗੁਰੂ ਗ੍ਰੰਥ ਸਾਹਿਬ ਹੀ ਬਣਾਊਗਾ ਨਾ, ਤੇ ਮੰਨ ਲਓ ਤੁਹਾਨੂੰ ਪਤਾ ਲੱਗ ਜਾਵੇ ਵੀ ਫਲਾਨਾ ਬੰਦਾ ਬ੍ਰਹਮ ਗਿਆਨੀ ਆ, ਤੁਸੀਂ ਉਹਦੇ ਕੋਲੋਂ ਕੀ ਪਾਓਗੇ?
जो तुसी पाउणा गुरु ग्रंथ साहिब कोलों सिद्धा पा लो ये रोल कचोलां विचों मुक जाऊगा जिन्नी हो सकदा तुसी गुरु ग्रंथ साहिब जी दी कमाई करके वो जीवन तुहाडे अंदर पैदा हो जावे जिहड़ा गुरु साहिब सानू दे के संत ते ब्रह्म ज्ञानी दी अवस्था देनी चाहुंदे ਤਾਂ ਇਹ ਇੱਕ ਬੜਾ ਵੱਡਾ ਰੀਜਨ ਜਦੋਂ ਅਸੀਂ ਦੇਖਣ ਵਾਲੇ ਪਾਸੇ ਤੁਰ ਪੈਂਦੇ ਹਾਂ ਨਾ ਉਦੋਂ ਹੀ ਇਹ ਪੈਦਾ ਹੁੰਦੇ ਨੇ ਔਰ ਉਦੋਂ ਹੀ ਮਿਸਯੂਜ਼ ਹੁੰਦੀ ਆ ਸਾਰੀ ਗੱਲ ਚੰਗੇ ਵਿਚਾਰੇ ਤਾਂ ਕੁਸਕਦੇ ਹੀ ਨਹੀਂ ਜਿਹੜੇ ਇਹ ਚੂਰੀ ਖਾਣ ਵਾਲੇ ਮਜਰੂ ਇਹਨਾਂ ਦੀਆਂ ਡਾਰਾਂ ਤੁਰੀਆਂ ਫਿਰਦੀਆਂ ਬਹੁਤ ਧੰਨਵਾਦ ਵੀਰ ਜੀ ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਮਰਦਾ ਇੱਕ ਵਾਰੀ ਬ੍ਰਹਮ ਗਿਆਨੀ ਮਰ ਗਿਆ ਪਾਣੀ 'ਚ ਤਾਰਨ ਜਾਵੜੇ ਉਹਨੂੰ ਦੋ ਨਾਲ ਹੀ ਤਰ ਗਏ ਲਾਈਨ ਨੰਬਰ 5 ਸਤਿ ਸ਼੍ਰੀ ਅਕਾਲ ਤੁਸੀਂ ਇੱਥੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਜਿਹੜਾ ਆਪਾਂ ਇੱਕ ਗੁਟਕਿਆਂ ਦੀ ਗੱਲ ਕਰ ਰਹੇ ਸੀਗੇ 10-15 ਸਾਲ ਪਹਿਲਾਂ ਆਨੰਦ ਸਾਹਿਬ ਤੋਂ ਇੱਕ ਗੁਟਕਾ ਸ਼ਬਦ ਆਇਆ ਸੁਖਨੀ ਸਾਹਿਬ ਦਾ ਹਾਂਜੀ ਜਿਹੜਾ ਕਿ ਜਿੰਨੇ ਆਨੰਦ ਸਾਹਿਬ ਨੂੰ ਮੰਨਦੇ ਆ ਤਾਂ ਸਾਰਿਆਂ ਦੇ ਘਰ ਤਕਰੀਬਨ ਹੁੰਦਾ ਸੀ ਉਹ ਬਹੁਤ ਪੂਰਕਵਾਰ ਇੱਥੋਂ ਤੱਕ ਵੀ ਲਿਖਿਆ ਹੁੰਦਾ ਸੀ ਕਿ ਕੋਈ ਬੰਦਾ 40 ਦਿਨ ਵਕਤ ਬੈਠਾ ਰਵੇ ਤੇ ਗੁਰੂ ਗ੍ਰੰਥ ਸਾਹਿਬ ਦੇ ਕਿ ਸ਼ਬਦ ਨਾਲ ਉਹ ਅਲੋਪ ਹੋ ਜਾਂਦਾ ਤੇ ਉਹ ਗੁਟਕਾ ਹੁਣ ਤਾਂ ਬਿਲਕੁਲ ਨੀ ਇਹਨਾਂ ਦਾ ਸ਼ਬਦ ਆ ਪਰ ਜਿਹੜੇ ਹੁਣ ਸ਼ਬਦ ਉਹਨਾਂ 'ਚ ਵੀ ਕਾਫੀ ਮਤਲਬ ਆਪਣੀ ਮਰਜ਼ੀ ਨਾਲ ਵਾਧ ਘਾਟ ਕਰਦੇ ਆ ਮੇਰੇ ਕੋਲ ਦੋਨੇ ਇਹਨਾਂ ਦੇ ਗੁਟਕੇ ਪਏ ਸੁਖਨੀ ਸਾਹਿਬ ਦਾ ਵੀ ਤੇ ਪੰਜ ਬਾਣੀਆਂ ਦਾ ਵੀ ਦੂਜਾ ਇੱਕ ਮੇਰਾ ਸਵਾਲ ਆ ਸਿੰਘ ਸਾਹਿਬ ਜਿਹੜਾ ਸੱਚਖੰਡ ਦੀ ਆਪਾਂ ਗੱਲ ਕਰਦੇ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਮੈਨੂੰ ਤਾਂ ਇੱਕੋ ਵਾਰ ਹੀ ਸੱਚਖੰਡ ਜਪਜੀ ਸਾਹਿਬ ਦੇ ਵਿੱਚ ਪੜ੍ਹਨ ਨੂੰ ਮਿਲਿਆ ਉਹ ਵੀ ਸੱਚਖੰਡ ਤੇ ਕੁਛ ਲੋਕ ਪਖੰਡ ਕਰਦੇ ਆ ਲੋਕਾਂ ਦੇ ਗੰਦੇ ਛਿੱਤਰ ਮੱਥਿਆਂ ਨੂੰ ਲਾ ਲਾ ਕੇ ਜਿਹੜਾ ਸੱਤਵੇਂ ਅਸਮਾਨ ਚ ਅਖੌਤੀ ਸੱਚਖੰਡ ਆ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਕੋਈ ਹੈ ਉਹਨੂੰ ਪਾਉਣ ਦਾ ਰਾਹ ਤਾਂ ਮੈਨੂੰ ਜ਼ਰੂਰ ਦੱਸਿਆ ਜੇ ਮੇਰੀ ਬੜੀ ਤਮੰਨਾ ਉੱਥੇ ਜਾਣ ਦੀ ਸਾ ਵਾਹਿਗੁਰੂ ਜੀ ਕੀ ਸੱਚਖੰਡ ਵਸੈ ਨਿਰੰਕਾਰ ਸੱਚਖੰਡ ਇੱਥੇ ਹੀ ਦਿਖਾ ਕੋਈ ਨਵਾਂ ਸ਼ਹਿਰ ਸੱਚਖੰਡ ਦੇ ਮੈਂ ਥੋੜ੍ਹੇ ਜਿਹੇ ਅਰਥ ਆਪ ਜੀ ਨਾਲ ਥੋੜ੍ਹੇ ਜਿਹੇ ਸਾਂਝੇ ਕਰਨਾ ਚਾਹਾਂਗਾ ਖੰਡ ਦਾ ਅਰਥ ਹੁੰਦਾ ਹਿੱਸਾ ਟੁਕੜਾ ਸੱਚਖੰਡ ਦਾ ਅਰਥ ਬਣ ਗਿਆ ਉਹ ਹਿੱਸਾ ਜਿੱਥੇ ਸੱਚ ਹੈ ਜੇ ਜ਼ਬਾਨ ਵਿੱਚ ਸੱਚ ਹੈ ਮੈਂ ਕਹਿ ਸਕਦਾ ਕਿ ਇਹ ਸੱਚਖੰਡ ਇੱਕ ਟੁਕੜਾ ਹੈ ਹਿੱਸਾ ਹੈ ਦੂਜੀ ਚੀਜ਼ ਇਹ ਹੈ ਕਿ ਬੜਾ ਕਲੀਅਰ ਅਰਥ ਹੈ ਸੱਚਖੰਡ ਦਾ ਸੱਚਖੰਡ ਵਸੈ ਨਿਰੰਕਾਰ ਅਤੇ ਨਿਰੰਕਾਰ ਕਿੱਥੇ ਵੱਸਦਾ ਹੈ ਨਿਰੰਕਾਰ ਵੱਸਦਾ ਹੈ ਮਨੁੱਖ ਦੇ ਹਿਰਦੇ 'ਚ ਨਿਰੰਕਾਰ ਵੱਸਦਾ ਹੈ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਹੁਣ ਅਸੀਂ ਇੱਕ ਜਗ੍ਹਾ ਨੂੰ ਤਾਂ ਸੱਚਖੰਡ ਮੰਨ ਲਿਆ ਰਕਸ਼ਾ ਚਲਾਉਣ ਵਾਲੇ ਦੇ ਅੰਦਰ ਵੀ ਰੱਬ ਬੈਠਾ ਕਦੀ ਉਹਦੇ ਅਸੀਂ ਉਹਨੂੰ ਸੱਚਖੰਡ ਦੇ ਦਰਜਾ ਦੇਵਾਂਗੇ ਕਦੀ ਉਹਦੀ ਇੱਜ਼ਤ ਰਿਸਪੈਕਟ ਕਰਦੇ ਹਾਂ ਆਮ ਮਨੁੱਖ ਸੜਕ ਦੇ ਉੱਤੇ ਫਿਰਦਾ ਕਦੀ ਉਹਦੀ ਰਿਸਪੈਕਟ ਕਰਦੇ ਹਾਂ ਮੈਨੂੰ ਗੱਲ ਯਾਦ ਆ ਗਈ ਮੈਂ ਪੜ੍ਹੀ ਸੀ ਰਜਨੀਸ਼ ਦੀ ਰਚਨਾ ਦੇ ਵਿੱਚੋਂ ਉਹਨੇ ਇੱਕ ਲਤੀਫਾ ਲਿਖਿਆ ਕਹਿੰਦਾ ਮੈਂ ਤੁਰਿਆ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਨਾ ਵੇਖਿਆ ਤੇ ਇੱਕ ਮੰਦਰ ਸੀ ਤੇ ਉਹਦੇ ਉੱਤੇ ਬੜੀ ਡੈਕੋਰੇਸ਼ਨ ਕੀਤੀ ਹਜ਼ਾਰਾਂ ਲੱਖਾਂ ਰੁਪਇਆ ਖਰਚਿਆ ਉੱਥੇ ਬੜੇ ਲੋਕ ਇਕੱਠੇ ਹੋਏ ਕਹਿੰਦਾ ਮੈਂ ਪੁੱਛਿਆ ਵੀ ਇਹ ਸਭ ਕਾਹਦੇ ਲਈ ਕਹਿੰਦੇ ਜੀ ਸਾਡੇ ਅੱਜ ਨਾ ਭਗਵਾਨ ਦਾ ਦਿਨ ਹੈ ਕਹਿੰਦਾ ਮੈਨੂੰ ਬੜੀ ਖੁਸ਼ੀ ਹੋਈ ਵੀ ਕਿੰਨੇ ਰੱਬ ਨਾਲ ਪਿਆਰ ਕਰਦੇ ਨੇ ਲੋਕ ਕਹਿੰਦਾ ਅੱਗੇ ਗਿਆ ਤੇ ਇਸੇ ਤਰ੍ਹਾਂ ਮਸਜਿਦ ਸ਼ਿੰਗਾਰੀ ਹੋਈ ਉਹਨਾਂ ਨੂੰ ਪੁੱਛਿਆ ਉਹਨਾਂ ਵੀ ਇਹੀ ਕਿਹਾ ਜੀ ਅੱਜ ਸਾਡੇ ਖੁਦਾ ਦਾ ਦਿਨ ਹੈ ਸਾਡੇ ਰਸੂਲ ਦਾ ਦਿਨ ਹੈ ਕਹਿੰਦਾ ਮੈਂ ਕਿਹਾ ਵੀ ਇਹ ਰੱਬ ਤੈਨੂੰ ਕਿੰਨਾ ਪਿਆਰ ਕਰਦੇ ਨੇ ਲੋਕ ਅੱਗੇ ਗਿਆ ਤੇ ਉਹਨੇ ਸਾਰੇ ਧਰਮਾਂ ਦਾ ਜ਼ਿਕਰ ਕੀਤਾ ਕੁੱਲ ਮਿਲਾ ਕੇ ਉਹ ਕਹਿੰਦਾ ਮੈਂ ਅੱਗੇ ਗਿਆ ਕਿ ਚੌਂਕ ਸੀ ਚੌਂਕ ਦੇ ਵਿੱਚ ਨਾ ਟਾਂਗਾ ਖੜਾ ਸੀ ਟਾਂਗੇ ਦੇ ਵਿੱਚ ਰੱਬ ਬੈਠਾ ਤੇ ਰੱਬ ਦੇ ਨਾ ਬਸਤਰ ਫਟੇ ਹੋਏ ਨੇ ਤੇ ਪੰਜ ਚਾਰ ਉਹਦੇ ਨਿਆਣੇ ਨੇ ਉਹ ਟਾਂਗੇ ਵਾਲੇ ਨੂੰ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ ਤੇ ਮੇਰੇ ਬੱਚੇ ਰੋਟੀ ਤੋਂ ਭੁੱਖ ਨਾਲ ਵਿਲਕ ਰਹੇ ਨੇ ਮੈਨੂੰ ਮੇਰੇ ਘਰ ਤੱਕ ਛੱਡਿਆ ਉਹ ਕਹਿੰਦਾ ਵੀ ਮੈਨੂੰ ਪਹਿਲਾਂ ਕਿਰਾਇਆ ਦੇ ਉਹ ਕਹਿੰਦਾ ਕਿਰਾਏ ਜੋਗੇ ਪੈਸੇ ਹੈ ਨਹੀਂ ਤਰਸ ਕਰ ਮੇਰੇ ਬੱਚੇ ਬੱਚਿਆਂ ਦੇ ਵਿੱਚ ਰੱਬ ਹੁੰਦਾ ਵਾ ਤੇ ਤੂੰ ਤਰਸ ਕਰ ਤੂੰ ਤਰਸ ਕਰਕੇ ਮੈਨੂੰ ਲੈ ਜਾ ਉਹ ਕਹਿੰਦਾ ਜੇ ਤੇਰੇ ਬੱਚਿਆਂ 'ਚ ਰੱਬ ਹੈ ਤੇ ਮੈਂ ਵੀ ਤੇ ਟਾਂਗਾ ਪਾਉਣਾ ਮੇਰੇ ਬੱਚਿਆਂ 'ਚ ਵੀ ਰੱਬ ਹੈ ਉਹ ਨਾ ਬੱਚੇ ਵਾਰ ਵਾਰ ਉਹਨੂੰ ਕਹਿਣ ਵੀ ਭੁੱਖ ਲੱਗੀ ਬਾਪੂ ਘਰ ਜਾਣਾ ਰੋਟੀ ਖਾਣੀ ਭੁੱਖ ਲੱਗੀ ਤੂੰ ਰਜਨੀਸ਼ ਲਿਖਦਾ ਕਹਿੰਦਾ ਮੇਰੀ ਉੱਥੇ ਅੱਖਾਂ 'ਚ ਅੱਥਰੂ ਡਿੱਗ ਪਏ ਵੀ ਹੇ ਰੱਬ ਤੇਰੇ ਨਾਂ 'ਤੇ ਲੱਖਾਂ ਰੁਪਇਆ ਖਰਚਿਆ ਜਾ ਰਿਹਾ ਇੰਨੀਆਂ ਇੰਨੀਆਂ ਵਧੀਆ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਤੇਰੇ ਨਾਂ 'ਤੇ ਪਰ ਅਸਲ ਦੇ ਵਿੱਚ ਜਿੱਥੇ ਤੂੰ ਰਹਿਣਾ ਉਹ ਭੁੱਖੇ ਮਰਨਦਾ ਇਸ ਕਰਕੇ ਬਿਲਡਿੰਗ ਨੂੰ ਸੱਚਖੰਡ ਕਹਿਣਾ ਇਹ ਸੱਚ ਨਹੀਂ ਹੈ ਹਕੀਕਤ ਨਹੀਂ ਹੈ ਸੱਚਖੰਡ ਵਸੈ ਨਿਰੰਕਾਰ ਨਿਰੰਕਾਰ ਆਪਣੀ ਰਚਨਾ ਦੇ ਵਿੱਚ ਵੱਸਦਾ ਹੈ ਸਰੀਰ ਦੇ ਵਿੱਚ ਵੱਸਦਾ ਹੈ ਮਨੁੱਖਾ ਜੀਵਨ ਜਿਹੜਾ ਇੱਕ ਸੱਚਖੰਡ ਹੈ ਅਗਰ ਇਸ ਜੀਵਨ ਦੇ ਵਿੱਚ ਸੱਚ ਆ ਗਿਆ ਹੈ ਬਹੁਤ ਬਹੁਤ ਧੰਨਵਾਦ ਜੀ ਲਾਈਨ ਨੰਬਰ 5 ਸਰਦਾਰ ਤਰਸੇਮ ਸਿੰਘ ਜੀ ਤੁਸੀਂ ਮਿਊਨਿਕ ਜਰਮਨੀ ਤੋਂ ਬੋਲ ਰਹੇ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਹਾਂ ਵੀਰਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਲਜੀਤ ਸਿੰਘ ਜੀ ਆਪ ਜੀ ਨੂੰ ਤੇ ਆਪ ਜੀ ਦੇ
समूह शेरे पंजाब रेडियो की जिनी भी टीम है बहुत मुबारकबाद है तुम यह विद्वान लैके आने गुरमत दिया विचार साझिया कराने ਤੁਹਾਡਾ ਦਿੱਤਾ ਉਹ ਸਿਆਣਿਆਂ ਦੇ ਕਹਿਣ ਨੂੰ ਵੀ ਕਿੱਥੇ ਦੇਵਾਂਗੇ ਸ਼ੇਰੇ ਪੰਜਾਬ ਰੇਡੀਓ ਦੇ ਤਾਂ ਸਰਦਾਰ ਕੁਲਦੀਪ ਸਿੰਘ ਜੀ ਤੁਹਾਡਾ ਹਾਂਜੀ ਬਹੁਤ ਧੰਨਵਾਦ ਵੀਰ ਜੀ ਛੋਟਾ ਜਿਹਾ ਵੀ ਆਪਾਂ ਜਿਸ ਤਰ੍ਹਾਂ ਗੁਰਬਾਣੀ ਦਾ ਕੀਰਤਨ ਕਰਦੇ ਆ ਰਾਖੀ ਸਿੰਘ ਉਹ ਭਾਈ ਸਾਹਿਬ ਅੱਗੇ ਕਹਿ ਕੇ ਵੀ ਗਾਉਣ ਵਾਲਿਆਂ ਨੂੰ ਵੀ ਉਹ ਆਪਣੇ ਛੋਟੇ ਛੋਟੇ ਪਰਚੇ ਕੱਢ ਲੈਂਦੇ ਆ ਜਿੱਦਾਂ ਗਾਉਣ ਵਾਲੇ ਕੱਢਦੇ ਆ ਵੀ ਕੀ ਇਹਨਾਂ ਨੂੰ ਚਾਹੀਦਾ ਵੀ ਜਾਣੀ ਕਿ ਜਵਾਨੀ ਚੇਤੇ ਆਉਣੀ ਹੋ ਗਈ ਗੁਰਬਾਣੀ ਕਿਉਂਕਿ ਕਾਫੀ ਚਿਰਾਂ ਤੋਂ ਇਹ ਕੀਰਤਨ ਕਰ ਰਹੇ ਹੁੰਦੇ ਪਰ ਹਰੇਕ ਮੈਂ ਰਾਖੀ ਸਿੰਘ ਦੇਖਦਾ ਛੋਟੀ ਛੋਟੀਆਂ ਪਰਚੀਆਂ ਕਰਕੇ ਉਹ ਤੋਂ ਸ਼ਬਦ ਪੜ੍ਹ ਕੇ ਘਰ ਨੂੰ ਚੱਲ ਜਾਂਦੇ ਉਹ ਤੋਂ ਸ਼ਬਦ ਪੜ੍ਹ ਕੇ ਘਰ ਨੂੰ ਚੱਲ ਜਾਂਦੇ ਤੇ ਜਿੰਨੇ ਦਾ ਉਹ ਕਥਾ ਵਾਚਕ ਸੁਣਦਾ ਜਿੱਦਾਂ ਆਪ ਜੀ ਨੂੰ ਸੁਣਦਾ ਸਾਰੇ ਜਿੰਨੇ ਵੀ ਕਥਾ ਵਾਚਕ ਤਰੀਕੇ ਨੇ ਉਹ ਗੁਰਬਾਣੀ ਦਾ ਬੜਾ ਲੰਮੇ ਨਾ ਜਵਾਨੀ ਤੁਕਾ ਨਾ ਗੁਰਬਾਣੀ ਦੀ ਜਿੰਨੀ ਵੀ ਗੁਰਬਾਣੀ ਦੀ ਵਿਆਖਿਆ ਹੈ ਉਹ ਗੁਰਬਾਣੀ ਦੇ ਆਧਾਰ ਤੇ ਕਰਦੇ ਨੇ ਜਵਾਨੀ ਪਟਕੀਆਂ ਬੋਲਦੇ ਆ ਹਮੇਸ਼ਾ ਪ੍ਰੋਗਰਾਮ ਬਹੁਤ ਵੱਡੀ ਤਾਦਾਦ ਜੁੜਦੇ ਸੁਣਦੇ ਨੇ ਕੀ ਕਹਿਣਾ ਚਾਹੋਗੇ ਇਸ ਵਾਰ ਮੈਂ ਇਹ ਕਹਿਣਾ ਚਾਹਾਂਗਾ ਜੀ ਪੰਥ ਵਿੱਚ ਨਾ ਬੜੇ ਸਤਿਕਾਰਯੋਗ ਕੀਰਤਨੀ ਵੀ ਮੌਜੂਦ ਨੇ ਭਾਵੇਂ ਉਹ ਥੋੜੇ ਹੋਣ ਗੱਲ ਵੱਖਰੀ ਆ ਜਿਹੜੇ ਕਿ ਬਾਣੀ ਜਿਨ੍ਹਾਂ ਨੂੰ ਬਹੁਤ ਕੰਠ ਆ ਔਰ ਜਿਨ੍ਹਾਂ ਦੀ ਸ਼ਬਦ ਚੋਣ ਏਡੀ ਬਾ ਕਮਾਲ ਆ ਵੀ ਜਦੋਂ ਕੀਰਤਨ ਕਰਦੇ ਨੇ ਵਾਕਈ ਦਿਲ ਨੂੰ ਛੂਹਣ ਵਾਲੀ ਗੱਲ ਆ ਬਾਣੀ ਦਾ ਇਹ ਪ੍ਰਭਾਵ ਆ ਮਨੁੱਖ ਦੇ ਜੀਵਨ ਉੱਤੇ ਤਾਂ ਬਹੁ ਗਿਣਤੀ ਜਿਹੜੀ ਆ ਕਿਉਂਕਿ ਸਾਡੇ ਉਹ ਵੀਰ ਜਿਹੜੇ ਨੇ ਆਪ ਮਿਹਨਤ ਬਹੁਤ ਘੱਟ ਕਰਦੇ ਨੇ ਬਾਣੀ ਕੰਠ ਕਰਨ ਵਾਲੇ ਪਾਸੇ ਤਾਂ ਇਸ ਕਰਕੇ ਉਹਨਾਂ ਨੂੰ ਫਿਰ ਸਹਾਰਾ ਲੈਣਾ ਪੈਂਦਾ ਲਿਖਣ ਦਾ ਹਾਂ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਨਾ ਗਲਤ ਪੜ੍ਹਨ ਨਾਲੋਂ ਚੰਗਾ ਵੇਖ ਕੇ ਪੜ੍ਹ ਲਓ ਤਾਂ ਕਿ ਜਿਨ੍ਹਾਂ ਨੂੰ ਤੁਸੀਂ ਸੁਣਾਉਣਾ ਉਹਨਾਂ ਦੇ ਉਹਨਾਂ ਕੋਈ ਕਨਫਿਊਜ਼ਨ ਨਾ ਹੋਵੇ ਪਰ ਇਹ ਕੋਸ਼ਿਸ਼ ਜ਼ਰੂਰ ਸਾਨੂੰ ਕਰਨੀ ਚਾਹੀਦੀ ਕਿਉਂਕਿ ਸਾਡੀ ਲਾਈਨ ਆ ਕੀਰਤਨ ਦੀ ਕਥਾ ਦੀ ਪ੍ਰਚਾਰ ਦੀ ਤਾਂ ਸਾਨੂੰ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਅਸੀਂ ਆਪ ਪਹਿਲਾਂ ਕੰਠ ਕਰੀਏ ਯਾਦ ਕਰੀਏ ਉਹਨੂੰ ਚੰਗੀ ਤਰ੍ਹਾਂ ਹੰਢਾਈਏ ਅਤੇ ਫਿਰ ਜਦੋਂ ਅਸੀਂ ਲੋਕਾਂ ਨੂੰ ਦੱਸਾਂਗੇ ਤਾਂ ਉਹਨਾਂ ਨੂੰ ਵੀ ਹੋਊਗਾ ਵੀ ਜੇ ਇਹ ਕੰਠ ਕਰ ਸਕਦੇ ਹਾਂ ਤਾਂ ਅਸੀਂ ਵੀ ਕਰ ਸਕਦੇ ਹਾਂ ਤਾਂ ਉਹਨਾਂ ਦੇ ਅੰਦਰ ਇੱਕ ਚਾਹ ਪੈਦਾ ਹੋਊਗਾ ਬਾਣੀ ਨੂੰ ਕੰਠ ਕਰਨ ਦਾ ਬਾਣੀ ਨੂੰ ਚੇਤੇ ਰੱਖਣ ਦਾ ਤਾਂ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਸ਼ਬਦ ਵੱਧ ਤੋਂ ਵੱਧ ਕੰਠ ਕੀਤੇ ਜਾਣ ਬਹੁਤ ਬਹੁਤ ਧੰਨਵਾਦ ਜੀ ਲਾਈਨ ਨੰਬਰ 4 ਸਤਿ ਸ੍ਰੀ ਅਕਾਲ ਜੀ ਤੁਸੀਂ ਇਹ ਤੇ ਹੋਈ ਲਾਈਨ 4 ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਸਵਾਲ ਹੈ ਜੀ ਪ੍ਰੋਗਰਾਮ ਸੁਣ ਰਹੇ ਹਾਂ ਜੀ ਮੈਂ ਮੇਰੇ ਦੋ ਸਵਾਲ ਨੇ ਜੀ ਜੀ ਤਾਂ ਜਿਹੜਾ ਹੁਣ ਆਪਣਾ ਸਮਾਗਮ ਬੈਕੁੰਠ ਹਾਲ 'ਚ ਕਰਿਆ ਜੀ ਕੀ ਇਹ ਜਿਹੜੇ ਇੰਨੇ ਗੁਰਦੁਆਰਾ ਸਾਹਿਬ ਨੇ ਕੀ ਇਹਨਾਂ 'ਚ ਇਹ ਜਿਹੇ ਸਮਾਗਮ ਨਹੀਂ ਸੀ ਹੋ ਸਕਦੇ ਗੁਰਦੁਆਰਾ ਸਾਹਿਬ 'ਚੋਂ ਸੰਗਤ ਨੂੰ ਬੈਕੁੰਠ ਹਾਲਾਂ 'ਚ ਲਿਜਾਣਾ ਮੇਰਾ ਇਹ ਸਵਾਲ ਹੈ ਵੀ ਕੀ ਇਹ ਜਾਇਜ਼ ਹੈ ਇਹ ਵੀ ਜੀ ਮੇਰੀ ਗੱਲ ਪ੍ਰਬੰਧਕ ਸੱਜਣਾਂ ਨਾਲ ਵੀ ਹੋਈ ਸੀ ਅਤੇ ਗਿਆਨੀ ਜਸਵੀਰ ਸਿੰਘ ਉਹਨਾਂ ਨੇ ਇਹਦਾ ਸਵਾਲ ਦਾ ਜਵਾਬ ਵੀ ਦਿੱਤਾ ਸੀ ਕਿ ਜਦੋਂ 3 ਜਾਂ 4 ਘੰਟੇ ਲਗਾਤਾਰ ਸੈਮੀਨਾਰ ਹੁੰਦਾ ਹੈ ਸੰਗਤਾਂ ਦੇ ਬਹਿਣ ਦੇ ਲਈ ਖਾਸ ਕਰਕੇ ਕਿਉਂਕਿ ਵਾਸ਼ਰੂਮ ਵਗੈਰਾ ਜਾਣਾ ਹੁੰਦਾ ਹੈ ਅਤੇ ਉਸ ਤੋਂ ਇਲਾਵਾ ਇੰਨਾ ਲੰਮਾ ਸਮਾਂ ਉਹ ਚੌਕੜੀ ਬਾਲ ਕੇ ਨਹੀਂ ਬਹਿ ਸਕਦੇ ਦੂਸਰੀ ਗੱਲ ਕਿ ਜਿਹੜੇ ਸੈਮੀਨਾਰ ਹੁੰਦੇ ਨੇ ਉਹਦੇ ਵਿੱਚ ਕਈ ਵਾਰੀ ਕੁਝ ਸਵਾਲ ਜਾਂ ਕਈ ਵਾਰੀ ਤਕਰੀਰਾਂ ਜ਼ਿਆਦਾ ਹੋ ਜਾਂਦੀਆਂ ਨੇ ਉਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ 'ਚ ਨਹੀਂ ਹੋ ਸਕਦੀਆਂ ਇਸ ਕਰਕੇ ਵੀ ਸ਼ਾਇਦ ਇਹ ਹੁੰਦਾ ਅਤੇ ਬਾਕੀ ਆਪਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਗਿਆਨੀ ਸ਼ਿਵਤੇਜ ਸਿੰਘ ਇਹ ਹਾਲਾਂ ਦੇ ਵਿੱਚ ਹੋ ਸਕਦੇ ਆ ਗੁਰਮਤਿ ਸੈਮੀਨਾਰ ਨਹੀਂ ਜਗ੍ਹਾ ਵਾਸਤੇ ਤਾਂ ਨਹੀਂ ਆਪਾਂ ਪਾਬੰਦੀ ਲਾ ਸਕਦੇ ਵੀ ਫਲਾਣੀ ਥਾਂ 'ਤੇ ਨਹੀਂ ਹੋਣੀ ਚਾਹੀਦੀ ਜਾਂ ਫਲਾਣੀ ਥਾਂ 'ਤੇ ਹੋ ਸਕਦੇ ਨੇ ਜੀ ਦੂਸਰੀ ਚੀਜ਼ ਹੈ ਵੀ ਇਹਦੇ ਵਾਸਤੇ ਮੈਂ ਇੱਕ ਇਹ ਜ਼ਰੂਰ ਚਾਹੁੰਦਾ ਵਾਂ ਕਿ ਹਰੇਕ ਗੁਰਦੁਆਰਾ ਸਾਹਿਬ ਦੇ ਅੰਦਰ ਇਸ ਤਰ੍ਹਾਂ ਜਿਵੇਂ ਕਿ ਡਿਸਪੈਂਸਰੀ ਇਸੇ ਤਰ੍ਹਾਂ ਜਿਸ ਤਰ੍ਹਾਂ ਵਿੱਦਿਆ ਪੜ੍ਹਾਉਣ ਦਾ ਇਸੇ ਤਰ੍ਹਾਂ ਇੱਕ ਐਸਾ ਜ਼ਰੂਰ ਪ੍ਰਬੰਧ ਹੋਣਾ ਚਾਹੀਦਾ ਕਿ ਜਿੱਥੇ ਬੈਠ ਕੇ ਅਸੀਂ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਸਕਦੇ ਹੋਈਏ ਜਿੱਥੇ ਅਸੀਂ ਗੁਰਮਤਿ ਵਿਚਾਰਾਂ ਧਰਮ ਨਾਲ ਸੰਬੰਧਿਤ ਸਾਡੇ ਸਮਾਜਿਕ ਜੀਵਨ ਨਾਲ ਸੰਬੰਧਿਤ ਸੰਸਾਰਕ ਜੀਵਨ ਨਾਲ ਸੰਬੰਧਿਤ ਹੁੰਦੀਆਂ ਨੇ ਇਹ ਪ੍ਰਬੰਧਕ ਕਮੇਟੀਆਂ ਦਾ ਫਰਜ਼ ਬਣਦਾ ਹੈ ਹੁਣ ਕਈ ਵਾਰ ਇਸ ਤਰ੍ਹਾਂ ਦਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਨੇ ਉਹਦੇ ਕੋਲ ਇਸ ਤਰ੍ਹਾਂ ਕੋਈ ਸਿਸਟਮ ਹੀ ਹੈ ਨਹੀਂ ਅੱਗੇ ਉੱਥੇ ਫਿਰ ਆਪਾਂ ਕਿੱਥੇ ਜਾਵਾਂਗੇ ਨਹੀਂ ਪਰ ਮੈਨੂੰ ਇਹਦੇ ਨਾਲ ਨਾਲ ਬੜੀ ਵਧੀਆ ਗੱਲ ਹੈ ਜਿਹੜੀ ਤੁਸੀਂ ਕੀਤੀ ਹੈ ਜਿਵੇਂ ਹੁਣ ਇੱਕ ਸੈਮੀਨਾਰ ਹੁਣ ਰੀਸੈਂਟਲੀ ਹੋ ਗਿਆ ਤੇ ਆ ਉਸੇ ਦਿਨ ਇਹ ਗੱਲ ਵੀ ਅਨਾਊਂਸ ਕੀਤੀ ਕਿ 11 ਜਨਵਰੀ ਨੂੰ ਜਿਹੜਾ ਭਾਈ ਸੁਖਵਿੰਦਰ ਸਿੰਘ ਦਦੇਹਲ ਬੜੇ ਨੌਜਵਾਨ ਚੜ੍ਹਦੀਆਂ ਕਲਾਂ ਵਾਲੇ ਪ੍ਰਚਾਰਕ ਨੇ ਤੁਹਾਡੇ ਵਾਂਗ ਅਤੇ ਉਹਦੇ ਨਾਲ ਨਾਲ ਫਿਰੋਜ਼ਪੁਰੀ ਨੇ ਭਾਈ ਸਾਹਿਬ ਇਹਨਾਂ ਦਾ ਨਾਮ ਭੁੱਲ ਗਿਆ ਪ੍ਰਕਾਸ਼ ਸਿੰਘ ਜੀ ਫਿਰੋਜ਼ਪੁਰੀ ਅਤੇ ਤੁਸੀਂ ਕਿਉਂਕਿ ਚਲੇ ਜਾਣਾ ਤੁਹਾਡੇ ਕੋਲ ਸਮਾਂ ਬੜਾ ਥੋੜ੍ਹਾ ਹੈ ਅਤੇ ਭਾਈ ਹਰਜਿੰਦਰ ਸਿੰਘ ਸਵਰਾ
ਇਹਨਾਂ ਨੇ ਬੜਾ ਵਧੀਆ ਉਪਰਾਲਾ ਕੀਤਾ ਕਿ ਗੁਰਦੁਆਰਾ ਸਿੰਘ ਸਭਾ ਦੇ ਹਾਲ ਦੇ ਵਿੱਚ ਹੀ ਅਸੀਂ ਕਰਨਾ। ਸੋ ਉਹ ਵੀ ਬੜਾ ਵਧੀਆ ਯਤਨ ਹੈ। ਬਿਲਕੁਲ 11 ਤਰੀਕ ਨੂੰ ਵੇਖਿਆ ਲਈ ਸੈਮੀਨਾਰ ਹੋ ਰਿਹਾ ਤੇ ਵੇਖੋ ਇੱਥੇ ਮੈਂ ਇੱਕ ਗੱਲ ਐਡ ਕਰਾਂ, ਇਹ ਹੋਣੇ ਚਾਹੀਦੇ ਨੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਜਾਣ ਸਭ ਤੋਂ ਬੈਸਟ। ਅੱਜ ਗੁਰਦੁਆਰਾ ਕਲਗੀਧਰ ਦਰਬਾਰ ਐਪਸ ਬੋਰਡ ਦੇ ਵਿੱਚ ਜੀ ਉੱਥੇ ਇੰਟਰਨੈਸ਼ਨਲ ਦਸਤਾਰਬੰਦੀ ਦੀ ਡੇ ਨੇ ਅੱਜ ਮਨਾਉਣ 12:30 ਵਜੇ ਉੱਥੇ ਸ਼ੁਰੂ ਹੋਣਾ ਹੈ ਜੀ, ਤੇ ਉਹ ਗੁਰਦੁਆਰਾ ਸਾਹਿਬ ਦੇ ਨਾਲ ਹੀ ਹਾਲ ਬਣਿਆ ਹੋਇਆ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਰੇ ਆ ਕੇ ਆਪਣੇ ਦਸਤਾਰਾਂ ਸਜਾਓ। ਉਸ ਤੋਂ ਬਾਅਦ ਇਹ ਜਿਹੜਾ ਹੋਣਾ ਚਾਹੀਦਾ ਹਰੇਕ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਜ਼ਰੂਰੀ ਜਿਹੜੇ ਵਪਾਰਕ ਸੰਦੇਸ਼ ਤੋਂ ਬਾਅਦ ਜਿਹੜੇ ਕੱਲ੍ਹ ਹੋਰ ਦੇ ਵਿੱਚ ਕਰੇ ਤਾਂ ਜੋ ਸਾਰਿਆਂ ਦੀ ਗੱਲਬਾਤ ਸੁਣ ਸਕਾਂ ਅਤੇ ਉਸ ਤੋਂ ਬਾਅਦ ਭਾਈ ਸਾਹਿਬ ਨੇ ਆਖਰੀ ਗੱਲਬਾਤ ਸਮਾਪਤ ਕਰਨਗੇ। ਲਾਈਨ ਨੰਬਰ 1 ਸਤਿ ਸ਼੍ਰੀ ਅਕਾਲ, ਤੁਸੀਂ ਇੱਥੇ ਹੋ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਲ ਕੀ ਹੈ ਜੀ? ਹਾਂਜੀ ਸਵਾਲ ਨਹੀਂ ਹੈ ਜੀ, ਬੇਨਤੀ ਹੈ ਜੀ। ਬਹੁਤ ਵਧੀਆ ਤੁਹਾਡਾ ਉਪਰਾਲਾ ਵਾ। ਮੈਂ ਇੱਕ ਵਾਰੀ ਪੰਜਾਬ ਦੇ ਵਿੱਚ 85-86 ਚ ਮੈਂ 1 ਸਾਲਾਂ ਦਾ ਸੀ, ਇੱਕ ਬਾਬਿਆਂ ਦੇ ਕੋਲ ਮੈਂ ਜਾਂਦਾ ਸੀਗਾ ਤੇ ਮੈਂ ਉਹਦੀਆਂ ਲੱਤਾਂ ਪੁੱਟਣ ਲੱਗਾ ਤੇ ਕਹਿੰਦੇ ਨਾਮ ਸਿਮਰ ਲਿਆ। ਮੈਂ ਕਿਹਾ ਜੀ ਨਹੀਂ ਜੀ, ਕਹਿੰਦੇ ਤੁਸੀਂ ਨਾਮ ਸਿਮਰ ਜੇ ਨਹੀਂ ਲਿਆ ਫਿਰ ਨਾਲ ਲੱਤਾਂ ਨਾ ਪੁੱਟੋ। ਫਿਰ 6 ਮਹੀਨੇ ਬਾਅਦ ਉਹ ਕਿਸੇ ਵਿਆਹ ਦੇ ਵਿੱਚ ਬਾਦਲ ਸਾਹਿਬ ਦੇ ਨਾਲ ਗਏ ਤੇ ਮੈਂ ਉੱਥੇ ਬੈਠੇ ਸੀਗੇ ਤੇ ਮੈਂ ਜਾ ਕੇ ਉਦੋਂ ਪੈਗ ਵੀ ਲਾਇਆ ਤੇ ਮੀਟ ਵੀ ਖਾਧਾ ਤੇ ਮੈਂ ਬਾਬਿਆਂ ਦੇ ਕੋਠੀਆਂ ਹੱਥ ਲਾਇਆ ਤੇ ਉਹਨਾਂ ਬਾਬਿਆਂ ਨੇ ਮੈਨੂੰ ਜੱਫੀ ਪਾ ਲਈ ਕਿਉਂਕਿ ਮੈਂ ਉਦੋਂ ਸਾਰੇ VIP ਬੰਦਿਆਂ ਦੇ ਨਾਲ ਸੀਗਾ। ਤੇ ਮੈਂ ਇੱਕ ਬੇਨਤੀ ਇਹ ਗੱਲ ਕਰਨੀ ਚਾਹੁੰਦਾ ਹਾਂ ਵੀ ਜਿੰਨਾ ਚਿਰ ਉਦੋਂ ਮੈਂ ਸੱਚਾ ਸੁੱਚਾ ਸੀਗਾ ਤੇ ਉਦੋਂ ਮੈਨੂੰ ਹੱਥ ਨਹੀਂ ਲਾਉਣ ਦਿੱਤਾ ਤੇ ਜਦੋਂ ਮੈਂ ਮੇਰੇ ਵਿਕਾਰ ਸਾਰੇ ਮੇਰੇ ਕੋਲ ਸੀਗੇ ਉਦੋਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਚਿੱਤਰਾਂ ਦਾ ਬੰਦਾ। ਨਹੀਂ ਬਾਬਿਆਂ ਕੋਲ ਉੱਥੇ ਕਿਹੜਾ ਮਖਿਆਲ ਲੱਗੀ ਹੁੰਦੀ ਹੈ ਗੋਡਿਆਂ ਨੂੰ, ਜਿਹੜਾ ਛਕਣ ਜਾਂਦੇ ਹੋ ਗੋਡਿਆਂ 'ਚ ਕੁਛ ਨਹੀਂ ਪਿਆ। ਲਾਈਨ ਨੰਬਰ 2 ਸਤਿ ਸ਼੍ਰੀ ਅਕਾਲ, ਤੁਸੀਂ ਇੱਥੇ ਹੋ ਜੀ। ਸਤਿ ਸ਼੍ਰੀ ਅਕਾਲ ਸਰਦਾਰ ਬਹਾਦਰ, ਮੇਰੇ ਸਵਾਲ ਨੇ ਤੇ ਇੱਕ ਕਮੈਂਟ ਹੈ। ਸਵਾਲ ਇਹ ਹੈ ਬਈ ਆਸਾ ਕੀ ਵਾਰ ਪੜ੍ਹਦੇ ਹਾਂ ਤੇ ਉਹਦੇ 'ਚ ਆਉਂਦਾ ਹੈ ਅਸਰਾਦੇ ਕੀ ਧੁੰਦੀ ਗਾ ਟੁੰਡੇ ਟੁੰਡੇ ਅਸਰਾਦੇ ਕੀ ਧੁੰਨੀ ਗਾਵਣਾ, ਇਹਦੇ ਬਾਰੇ ਧੁਨਾਂ ਨੇ ਸ਼ਬਦਾਂ ਦੀਆਂ। ਰਾਗ ਵੀ ਕੁਝ ਰਾਗ ਗੁਰੂ ਸਾਹਿਬ ਨੇ ਨਵੇਂ ਯੂਜ ਕੀਤੇ ਨੇ, ਕੁਝ ਪੁਰਾਣੇ ਨੇ, ਕੁਝ ਮਿਕਸ ਅਪ ਕੀਤੇ ਨੇ। ਇਹ ਰਾਗ ਵੀ ਪੁਰਾਣੇ ਨੇ, ਕੁਝ ਰਾਗਾਂ ਨੂੰ ਯੂਜ਼ ਕੀਤਾ ਗੁਰੂ ਸਾਹਿਬਾਨ ਨੇ, ਕਾਵਿ ਦੇ ਤਰੀਕੇ ਵੀ ਪੁਰਾਣੇ ਨੇ, ਉਸ ਨੂੰ ਯੂਜ਼ ਕੀਤਾ। ਇਸੇ ਤਰ੍ਹਾਂ ਇਹ ਵਾਰਾਂ ਦੇ ਉੱਤੇ 9 ਵਾਰਾਂ ਨੇ ਜਿਨ੍ਹਾਂ 'ਤੇ ਧੁਨੀਆਂ ਦਰਜ ਨੇ, ਰਾਏ ਕਮਾਲ ਦੀ ਮੌਜਦੀ ਕੀ ਧੁਨ ਜਿਹੜੀ ਆ, ਜਾਂ ਇਸ ਤਰ੍ਹਾਂ ਇਹ ਟੁੰਡੇ ਅਸਰਾਜੇ ਕੀ ਧੁਨੀ, ਉੱਥੇ ਅੱਗੇ ਸ਼ਬਦ ਵਰਤਿਆ ਹੋਇਆ ਧੁਨੀ। ਧੁਨੀ ਦਾ ਅਰਥ ਹੁੰਦਾ ਵਾ ਵੀ ਉਸ ਪੈਟਰਨ 'ਤੇ, ਹਾਂ ਉਸ ਧੁਨ ਦੇ ਉੱਤੇ ਇਹਨੂੰ ਗਾਓ ਤਾਂ ਕਿ ਇਹਦਾ ਆਪਣਾ, ਕਿਉਂਕਿ ਹਰ ਚੀਜ਼ ਦਾ ਆਪਣਾ ਇੱਕ ਇਫੈਕਟ ਆ ਗਾਉਣ ਦਾ। ਜੀ ਬਹੁਤ ਬਹੁਤ ਧੰਨਵਾਦ ਵੀਰ ਜੀ। ਲਾਈਨ ਨੰਬਰ 4 ਆਖਰੀ ਕਾਲ ਹੋਣੀ, ਸਤਿ ਸ਼੍ਰੀ ਅਕਾਲ। ਚੱਲਦਾ ਵੀ ਜਿਹੜੀਆਂ ਪੁਰਾਤਨ ਚੀਜ਼ਾਂ ਆਪਣੀਆਂ ਮਿਟਾਈਆਂ ਗਈਆਂ ਨੇ, ਕੀ ਇਹਦਾ ਇੰਨੇ ਚਿਰ ਤੋਂ ਜਦੋਂ ਇਹ ਕੋਈ ਕਾਰ ਸੇਵਾ ਪੁਰਾਤਨ ਚੀਜ਼ ਮਿਟਾਉਂਦੀ ਸੀ ਕੋਈ ਵਿਰੋਧ ਕੀਤਾ ਗਿਆ, ਜਿਵੇਂ ਇੰਨੀਆਂ ਜਥੇਬੰਦੀਆਂ ਬੜੀਆਂ ਹੋਈਆਂ ਕਿਉਂ ਨੀ ਕੀਤਾ ਗਿਆ? ਬਾਕੀ ਗੱਲ ਹੈਲੋ ਸੁਣ ਲਿਆ ਜੀ। ਹਾਂਜੀ ਤੇ ਇੱਕ ਮੇਰਾ ਸਵਾਲ ਨਾਲ ਇਹ ਸਵਾਲ ਇਹ ਹੈ ਜੀ, ਹੁਣ ਇੱਕ ਪਾਸੇ ਤਾਂ ਇਹ ਕਹਿੰਦੇ ਆ ਆਪਣੇ ਵਿਦਵਾਨ ਸਾਹਿਬ ਵੀ ਇਹ ਪੁਰਾਤਨ ਚੀਜ਼ਾਂ ਜਿਹੜੀਆਂ ਵੀ ਉਹਨਾਂ ਨੂੰ ਪੂਜੀ ਜਾਂਦੇ, ਜਿਵੇਂ ਦੁੱਖ ਭੰਜਣੀ ਬੇਰੀ ਜਾਂ ਹੋਰ ਪੁਰਾਤਨ ਚੀਜ਼ਾਂ ਸਾਂਭੀਆਂ ਹੋਈਆਂ ਨੇ, ਉਹਨਾਂ ਦਾ ਵਿਰੋਧ ਕਰੀ ਜਾਂਦੇ ਆ ਵੀ ਸੰਗਤਾਂ ਇਹਨਾਂ ਨੂੰ ਉਹ ਕਰਦੀਆਂ ਜੀ ਪੂਜਦੀਆਂ ਇਹਨਾਂ ਨੂੰ ਸਾਂਭਣੀ, ਜੇ ਹੁਣ ਪੁਰਾਤਨ ਚੀਜ਼ ਕੋਈ ਜਿਵੇਂ ਕੰਧ ਸਰਹੰਦ ਦੀ ਹੁੰਦੀ ਉੱਥੇ ਤੇ ਕੁਦਰਤੀ ਆ ਸੰਗਤ ਨੇ ਤਾਂ ਉਹਨੂੰ ਨਮਸਕਾਰ ਕਰਨੀ ਆ ਉਹ ਦਿਨ ਨੂੰ ਯਾਦ ਕਰਕੇ, ਇਹ ਵਿਦਵਾਨ ਦੋਨੇ ਪਾਸੇ ਗੱਲਾਂ ਕਰ ਰਹੇ ਨੇ ਜੀ ਪੁਰਾਤਨ ਚੀਜ਼ਾਂ ਦਾ, ਇੱਕ ਪਾਸੇ ਦੁੱਖ ਭੰਜਣੀ ਬੇਰੀ ਦਾ ਮਖੌਲ ਉਡਾ ਰਹੇ ਨੇ ਜੀ ਸਾਂਭੀ ਵੀ ਹੈ ਜੀ ਭਾਈ ਸਾਹਿਬ ਜੀ। ਭਾਈ ਹਰਜਿੰਦਰ ਸਿੰਘ, ਮੈਂ ਸਾਹਿਬ ਜੀ ਬੇਨਤੀ ਇਹ ਕਰਨੀ ਚਾਹੁੰਦਾ, ਪੂਜਣ ਵਿੱਚ ਤੇ ਸੇਧ ਲੈਣ ਵਿੱਚ ਬੜਾ ਵੱਡਾ ਅੰਤਰ ਹੁੰਦਾ ਵਾ। ਅਸੀਂ ਜੇ ਕੋਈ ਪੁਰਾਣੀ ਚੀਜ਼ ਸਾਡੇ ਕੋਲ ਆ ਤੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਅਸੀਂ ਉੱਥੇ ਡੇਗੀ ਪੈਣਾ ਵਾ ਜਾ ਕੇ, ਅਸੀਂ ਉਹਦੇ ਤੋਂ ਸੇਧ ਲਈਏ ਵੀ ਇਹ ਚੀਜ਼ ਸਾਡੀ ਪੁਰਾਤਨ ਆ। ਦੁਨੀਆਂ ਦੀਆਂ ਤਮਾਮ ਕੌਮਾਂ ਨੇ ਆਪਣੇ ਪੁਰਾਣੇ ਵਿਰਸੇ ਪੁਰਾਣੀਆਂ ਵਸਤੂਆਂ ਨੂੰ ਸੰਭਾਲ ਕੇ ਰੱਖਿਆ, ਉਹ ਉਹਨਾਂ ਦਾ ਸਤਿਕਾਰ ਕਰਦੀ ਆ, ਉਹਨਾਂ ਦਾ ਆਦਰ ਕਰਦੀ ਆ, ਤਾਂ ਕਿ ਉਹ ਚੀਜ਼ਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੁਰਾਣੇ ਵਿਰਸੇ ਦੀ ਯਾਦ ਦਿਵਾਉਂਦੀਆਂ ਨੇ। ਅਸੀਂ ਆਪਣੇ ਘਰਾਂ 'ਚ ਕਈ ਵਾਰ ਪੁਰਾਣੀਆਂ ਆਪਣੇ ਬਜ਼ੁਰਗਾਂ ਦੀਆਂ ਚੀਜ਼ਾਂ ਸੰਭਾਲ ਕੇ ਰੱਖ ਲੈਂਦੇ ਹਾਂ ਵੀ ਸਾਨੂੰ ਚੇਤਾ ਰਹੇ ਪੁਰਾਣਾ ਸਾਡਾ ਵਿਰਸਾ ਕਲਚਰ ਜਿਹੜਾ ਸੀਗਾ ਉਹ ਕੀ ਸੀਗਾ। ਤੋ ਮੱਥਾ ਸਿੱਖ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ, ਕਿਉਂਕਿ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਆ, ਕੋਈ ਰੁੱਖ ਨਹੀਂ ਗਾ, ਕੋਈ ਇਹੋ ਜਿਹੀ ਚੀਜ਼ ਨਹੀਂ ਗੀ। ਇਹ ਸਾਰੀਆਂ ਇੱਕ ਵਿਰਸੇ ਦੇ ਰੂਪ ਵਿੱਚ ਹੋ ਸਕਦੀਆਂ ਵੀ ਪੁਰਾਣੀਆਂ ਨੇ ਸਾਨੂੰ ਉਹਨਾਂ ਵੱਲ ਵੇਖ ਕੇ ਪੁਰਾਣੀ ਹਿਸਟਰੀ ਜਿਹੜੀ ਚੇਤੇ ਆਉਂਦੀ, ਤਾਂ ਇਸ ਗੱਲ ਦਾ ਅਸੀਂ ਅੰਤਰ ਜਿਹੜਾ ਵਾ ਨਾ ਥੋੜ੍ਹਾ ਜਿਹਾ, ਇਹਦਾ ਮਤਲਬ ਇਹ ਨਹੀਂ ਵੀ ਅਸੀਂ ਰਿਸਪੈਕਟ ਨਹੀਂ ਕਰਦੇ ਪੁਰਾਣੀਆਂ ਚੀਜ਼ਾਂ ਦੀ, ਉਹ ਰਿਸਪੈਕਟ ਦਾ ਮਤਲਬ ਇਹ ਨਹੀਂ ਵੀ ਅਸੀਂ ਗੁਰੂ ਦਾ ਦਰਜਾ ਹਰ ਚੀਜ਼ ਨੂੰ ਦੇਈਏ।
एक मिनट है भाई साहब जी, अखीर अजोके प्रबंध बारे की कहना चाहोगे जी? अजोके प्रबंध बारे मैं ये बेनती करनी चाहवागा कि जे असी चाहते हैं कि साड़ी कौम की अगवाई जां साड़ी कौम जिहड़ी आ इहनू किसी सीधे रस्ते ते लैके जाना, ते सब तो वड्डा जिहड़ा इस वक्त रोल उहदे च अदा कर सकदा उह है गुरद्वारा जी। ते गुरद्वारे दे विच हर तरह की सुविधा है कौम नू अगवाई करन वास्ते, जागरूक करन वास्ते। उहदे लई जरूरी है कि जिहड़ा प्रबंधक कमेटी है ना, गुरद्वारा प्रबंधक कमेटी, ਉਹ ਇਸ ਤਰੀਕੇ ਦੇ ਪ੍ਰੋਗਰਾਮ ਉਲੀਕੇ ਕਿ ਜਿਹਦੇ ਨਾਲ ਕੌਮ ਦੀ ਅਗਵਾਈ, ਕੌਮ ਨੂੰ ਸੇਧ ਮਿਲ ਸਕੇ। ਕਿਉਂਕਿ ਅੱਜ ਜ਼ਰੂਰਤ ਕੇਵਲ ਪੁਰਾਣੀਆਂ ਕਹਾਣੀਆਂ ਤੱਕ ਸੀਮਤ ਪ੍ਰਚਾਰ ਦੀ ਨਹੀਂ, ਅੱਜ ਦਾ ਯੂਥ ਸਾਡਾ ਜਿਹੜਾ ਹੈ ਉਹ ਬਿਲਕੁਲ ਧਰਮ ਤੋਂ ਵੀ ਪਾਸੇ ਜਾ ਰਿਹਾ ਹੈ। ਕਿਤੇ ਵੀ ਮੈਂ ਵੇਖਿਆ ਸੈਮੀਨਾਰ ਹੋਵੇ, ਕੋਈ ਸਮਾਗਮ ਹੁੰਦਾ, ਯੂਥ ਨਹੀਂ ਉੱਥੇ ਪਹੁੰਚਦਾ। ਪ੍ਰਬੰਧਕ ਕਮੇਟੀ ਦਾ ਫਰਜ਼ ਹੈ ਕਿ ਯੂਥ ਨੂੰ ਵੱਧ ਤੋਂ ਵੱਧ ਲੈ ਕੇ ਆਉਣਾ, ਵਿਰਸੇ ਦੇ ਨਾਲ ਜੋੜਨਾ, ਨਾ ਕਿ ਕੇਵਲ ਇਹਨੂੰ ਆਪਣਾ ਲੰਗਰ ਚਲਾ ਲਈਏ ਵਧੀਆ ਤੇ ਬਸ ਇੱਥੋਂ ਤੱਕ ਸੀਮਤ ਰੱਖ ਦਈਏ ਗੁਰਦੁਆਰੇ। ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਜੋ ਅੱਗੇ ਆ। ਬੀਬੀ ਤੇਜਿੰਦਰ ਕੌਰ ਜੀ ਆਪਣਾ ਬੜਾ ਅਹਿਮ ਟਾਕ ਸ਼ੋਅ ਲੈ ਕੇ ਸਟੂਡੀਓ ਪਹੁੰਚ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।